वाहिगुरु जी का खालसा वाहिगुरु जी की फतेह। मैं सारे पंजाब वासियां देश विदेश दी संगतां दे अगे बेनती करदा कि पंजाब अमृतपाल सिंह पंजाब दे हक्कां लई पंजाब दे लोकां लई लड़ रहा सी ते इस करके साडा सारिआं पंजाब दे बेइंसाफियां दे खिलाफ वो अपनी आवाज चक रहा सी। इस करके पंजाब नूं प्यार करन वाले सारे लोकां नूं मैं अपील करदा कि अज अमृतपाल नाल बेइंसाफी हो रही है ते सारिआं लोकां नूं उहदा साथ देना चाहीदा उहदे नाल खड़ना चाहीदा ते इस करके सारे लोकां नूं अज जिद्दां जिद्दां दा कोई एफर्ट कर सकदा कोई उहदा नाल नूं अपना करना चाहीदा जिथे किथे भी कोई बैठा वह सारिआं नूं उहदे नाल उहदा सहयोग करना चाहीदा। ਸਾਡੇ ਬਾਕੀ ਪਰਿਵਾਰਕ ਮੈਂਬਰ ਨਾਲ ਵੀ ਅੱਜ ਤੱਕ ਕੱਲ ਤੱਕ ਸਾਡਾ ਕੋਈ ਸੰਪਰਕ ਨਹੀਂ ਹੋ ਰਿਹਾ ਕਿੱਥੇ ਆ ਕਿੱਥੇ ਨਹੀਂ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਲਦੀ ਜਲਦੀ ਸਾਨੂੰ ਮਿਲਾਇਆ ਜਾਵੇ ਸਾਨੂੰ ਉਹਨਾਂ ਨੂੰ ਆਪਣੇ ਘਰ ਭੇਜਿਆ ਜਾਵੇ ਉਹਨਾਂ ਦੇ ਜਥੇਬੰਦੀ ਨਾਲ ਜਾਂ ਕਿਸੇ ਹੋਰ ਨਾਲ ਕੋਈ ਲੈਣਾ ਦੇਣਾ ਨਹੀਂਗਾ ਜੇ ਕੋਈ ਜਥੇਬੰਦੀ ਦਾ ਮਾਮਲਾ ਤਾਂ ਜਥੇਬੰਦੀ ਤਾਂ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਤੇ ਇਸ ਕਰਕੇ ਸਾਡੇ ਰਿਸ਼ਤੇਦਾਰਾਂ ਨੂੰ ਦੂਜਿਆਂ ਤੀਜਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹ ਕਰਕੇ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਨੂੰ ਕੋਰਟ 'ਚ ਜਾਂ ਪੇਸ਼ ਕੀਤਾ ਜਾਵੇ ਤੇ ਸਾਡੀ ਵੀ ਥੋੜੀ ਚਿੰਤਾ ਖਤਮ ਹੋਵੇ। ਅਸੀਂ ਬਹੁਤ ਚਿੰਤਤ ਹਾਂ ਕਿ ਉਹਦੇ ਨਾਲ ਕੋਈ ਇਹੋ ਜਿਹਾ ਗਲਤ ਘਟਨਾ ਨਾ ਵਾਪਰ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੁਨੀਆਂ ਦੇ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਸ ਔਖੀ ਘੜੀ ਵਿੱਚ ਅੰਮ੍ਰਿਤਪਾਲ ਦਾ ਸਹਿਯੋਗ